ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਬੱਟ ਜੀ ਦੋਸਤੋ ਨਿੰਦਰ ਕੁ ਗਿਆਨਬੀ ਵੱਲੋਂ ਸਤਿ ਸ਼੍ਰੀ ਅਕਾਲ ਕਰੋ ਪ੍ਰਵਾਨ ਤੇ ਖਬਰਾਂ ਦੇ ਪਹਿਲੇ ਹਿੱਸੇ 'ਚ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਚੰਡੀਗੜ੍ਹ ਤੋਂ ਖਬਰ ਪੰਜਾਬ 'ਚ ਕੋਰੋਨਾ ਕਾਰਨ ਬੰਦ ਹੋਏ ਸਾਰੇ ਸਕੂਲ 2 ਅਗਸਤ ਤੋਂ ਮੁਕੰਮਲ ਰੂਪ ਵਿੱਚ ਖੁੱਲ੍ਹ ਰਹੇ ਹਨ ਪੰਜਾਬ ਦੇ ਬੱਚੇ 2 ਸਾਲਾਂ ਬਾਅਦ ਸਕੂਲ ਜਾਣ ਲੱਗਣਗੇ ਤਾਂ ਉਜੀਪ ਮਾਹੌਲ ਮਹਿਸੂਸ ਕਰਨਗੇ ਘਰਾਂ ਵਿੱਚ ਆਨਲਾਈਨ ਪੜ ਰਹੇ ਬੱਚੇ 2 ਅਗਸਤ ਤੋਂ ਖੁੱਲ ਰਹੇ ਸਕੂਲਾਂ ਕਾਰਨ ਖੁਸ਼ੀ ਮਹਿਸੂਸ ਕਰ ਰਹੇ ਨੇ ਕਰੋਨਾ ਦੇ ਹਾਲਾਤ ਭਾਰਤ ਵਿੱਚ ਹੋਰ ਡੂੰਘੇ ਹੁੰਦੇ ਜਾਂਦੇ ਨੇ 24 ਘੰਟਿਆਂ ਦੀ ਗੱਲ ਕਰੀਏ ਤਾਂ ਭਾਰਤ ਵਿੱਚ 41696 ਨਵੇਂ ਕਰੋਨਾ ਕੇਸ ਆਏ ਤੇ 600 ਦੇ ਲਗਭਗ ਮੌਤਾਂ ਹੋਣ ਦੀ ਖਬਰ ਹੈ ਅਮਰਸਰ ਸਾਹਿਬ ਤੋਂ ਖਬਰਾਂ ਅਨੁਸਾਰ 5 ਨਵੇਂ ਕਰੋਨਾ ਕੇਸ ਆਏ ਨੇ ਨਵੀਂ ਦਿੱਲੀ ਤੋਂ ਰਿਪੋਰਟਾਂ ਆਈਆਂ ਨੇ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਭਾਰਤ ਚੀਕੋ ਦਿਨ ਕਰੋਨਾ ਲਾਗਦੇ ਨਵੇਂ ਕੇਸ ਮਿਲ ਨਾਲ ਦੇਸ਼ ਚ ਕੇਸਾਂ ਦਾ ਕੋਲੰਕੜਾ ਵਧ ਕੇ 3 ਕਰੋੜ 15 ਲੱਖ 72344 ਤੀਕ ਅੱਪੜ ਗਿਆ 128 ਲੋਕਾਂ ਦੀਆਂ ਕੇਰਲਾ ਵਿੱਚ ਕਰੋਨਾ ਕਾਰਨ ਮੌਤਾਂ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਸਿਹਤ ਮੰਤਰਾਲਾ ਕਹਿੰਦਾ ਹੈ ਕਿ ਪਰਸੋਂ ਤੋਂ ਲੈ ਕੇ ਦੇਸ਼ ਭਰ ਵਿੱਚ ਕਰੋਨਾ ਦੇ ਕੇਸ ਵਧ ਰਹੇ ਨੇ ਗੱਲ ਕਰੀਏ ਪੰਜਾਬ ਵਿੱਚ ਅੱਜ ਕਈ ਥਾਈਂ ਟੁੱਟਵਾ ਮੀਂਹ ਪਿਆ ਹੈ ਬੱਦਲ ਵੀ ਬਣੇ ਹੋਏ ਨੇ ਤੇ ਅੱਜ ਦੁਪਹਿਰੇ ਧੁੱਪ ਤੇਜ਼ ਰਹੀ ਹਿਮਾਚਲ ਤੋਂ ਖਬਰਾਂ ਆਈਆਂ ਜਿੱਥੇ ਟਰੈਗਾਂ ਡਿੱਗੀਆਂ ਚੰਡੀਗੜ੍ਹ ਮਨਾਲੀ ਰਾਸ਼ਟਰੀ ਮਾਰਗ 3 ਬੰਦ ਰਿਹਾ ਔਰ ਹਿਮਾਚਲ ਪ੍ਰਦੇਸ਼ ਤੇ ਪਹਾੜ ਡਿੱਗਣ ਕਾਰਨ ਆਵਾਜਾਈ ਖਾਸੀ ਪ੍ਰਭਾਵਿਤ ਹੈ ਖਬਰ ਪਠਾਨਕੋਟ ਤੋਂ ਨੀਮ ਪਹਾੜੀ ਖੇਤਰ ਧਾਰਕਲਾਂ ਦੀਨਪਿੰਦੇ ਬੜਾ ਉੱਪਰਲਾ ਧਾਰਕਲਾਂ ਲਾਹੌਜੀ हिमाचल ਨੂੰ ਜਾਣ ਵਾਲੀ ਲਿੰਕ ਸੜਕ ਤੇ اچانک ਪਹਾੜ ਡਿੱਗਿਆ ਆਵਾਜਾਈ ਪ੍ਰਭਾਵਿਤ ਹੋਈ ਸੜਕ ਤੇ ਕੋਈ ਵਾਹਨ ਨਾ ਇਧਰੋਂ ਨਾ ਉਧਰੋਂ ਆ ਜਾ ਸਕਿਆ ਪਟਿਆਲੇ ਦੇ ਕੱਗਾ ਤੋਂ ਖਬਰ ਬਾਦਸ਼ਾਪੁਰ ਨੇੜੇ ਬੀਤੀ ਰਾਤ ਤੋਂ ਕੱਗਰ ਦਰਿਆ ਚ ਪਾਣੀ ਚੜ ਰਿਹਾ ਹੈ ਪਾਣੀ ਦੇ ਵਹਾਅ ਵਿੱਚ ਕੋਈ ਅੜਚਣ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੇ ਹਾਲੇ ਕੋਈ ਖਤਰਾ ਨਹੀਂ ਮੰਨੇ ਹੈ ਬਾਦਸ਼ਾਪੁਰ ਦੇ ਸਰਪੰਚਾ ਨੇ ਦੱਸਿਆ ਹਰਚੰਦਪੁਰਾ ਤੋਂ ਬਾਦਸ਼ਾਪੁਰ ਤੱਕ ਉੱਚੇ ਮਜ਼ਬੂਤ ਬੰਨ ਦੀ ਉਸਾਰੀ ਹੋਣ ਕਰਕੇ ਇਲਾਕੇ ਚ ਹੜ੍ਹਾਂ ਦਾ ਖਤਰਾ ਨਹੀਂ ਰਿਹਾ ਪਰ ਫਿਰ ਵੀ ਜਿਹੜਾ ਮੀਂਹ ਪੈ ਰਿਹਾ ਪੰਜਾਬ ਦੇ ਵਿੱਚ ਅੱਜ ਕਈ ਥਾਈਂ ਮੀਂਹ ਪਿਆ ਹੈ ਔਰ ਕਿਸਾਨਾਂ ਨੇ ਰੱਬ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਰੱਬਾ ਬਸ ਕਰ ਬਹੁਤ ਮੀਂਹ ਹੈ ਮੀਂਹ ਕਾਰਨ ਜਲ ਥਲ ਕਈ ਥਾਈਂ ਹੋਈ ਭਾਵੇਂ ਮੀਂਹ ਕਾਰਨ ਕਿਸਾਨ ਬਾਗੋ ਬਾਗ ਹੈ ਪਰ ਅੰਨ ਦਾਣਾ ਮੌਨਕ ਤੇ ਲਹਿਰਾ ਕਾ ਕਾ ਖੇਤਰ ਚ ਕਰੀਬ 5500 ਏਕੜ ਝੋਨੇ ਦੀ ਫਸਲ ਪਾਣੀ ਚ ਰੁੜ ਗਈ ਹੈ ਖੇਤਾਂ ਚੋਂ ਪਾਣੀ ਨਾ ਨਿਕਲਿਆ ਤਾਂ ਝੋਨੇ ਦੀ ਫਸਲ ਮਰਨ ਦਾ ਖਤਸ਼ਾ ਹੈ ਬਰਨਾਲੇ ਤੋਂ ਖਬਰ ਦਾ ਸੁਆਮੀ ਗਲੀ ਜੰਡਾ ਵਾਲਾ ਵਿੱਚ ਪਾਣੀ ਇੱਕ ਗਰੀਬ ਘਰ ਦੀ ਛੱਤ ਡਿੱਗੀ ਹੈ ਜਿਸ ਕਾਰਨ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋਏ ਨੇ ਮੂਨਕ ਵਿੱਚ ਵੀ ਇੱਕ ਘਰ ਦੀਆਂ ਛੱਤਾਂ ਡਿੱਗੀਆਂ ਜਿਹੜੇ ਮੈਂਬਰ ਸੀ ਘਰ ਦੇ ਉਹਨਾਂ ਨੂੰ ਛੱਟਾਂ ਵੱਜਣ ਦੀ ਖਬਰ ਆ ਰਹੀ ਹੈ Shimla ਤੋਂ ਖਬਰ ਹਿਮਾਚਲ ਪ੍ਰਦੇਸ਼ ਦੇ ਸ਼ਰਮੌਰ ਜ਼ਿਲ੍ਹੇ ਵਿੱਚ ਜ਼ਮੀਨ ਖਿਸਕੀ ਹੈ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਬਰਵਸਕੋਲ ਪੂਰਾ ਪਹਾੜ ਖਿਸਕਿਆ ਕੌਮੀ ਮਾਰਗ 707 ਬੰਦ ਹੈ ਔਰ ਇਲਾਕੇ ਵਿੱਚ ਜ਼ੋਰਦਾਰ ਮੀਂਹ ਪੈਣ ਕਾਰਨ ਘਟਨਾ ਹੋਈ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਹੈ ਸੂਬੇ ਦੀ ਆਫਤ ਪ੍ਰਬੰਧਨ ਅਥਾਰਟੀ ਨੇ ਪਹਾੜ ਖਿਸਕਣ ਦੀ ਵੀਡੀਓ ਜਾਰੀ ਕੀਤੀ ਹੈ ਜੋ ਕਰੀਬ 100 ਮੀਟਰ ਸੜਕ ਪਹਾੜ ਖਿਸਕਣ ਦੇ ਨਾਲ ਦਬ ਗਈ ਪਾਕਿਸਤਾਨ ਦੇ ਪਸ਼ਾਵਰ ਤੋਂ ਖਬਰਾਂ ਭਾਰਤੀ ਸਿਨੇ ਜਗਤ ਦੇ ਉੱਗੇ ਅਦਾਕਾਰ ਰਾਜ ਕਪੂਰ ਤੇ ਦਲੀਪ ਕੁਮਾਰ ਦੇ ਪਾਕਿਸਤਾਨ ਦੇ ਪਸ਼ਾਵਰ ਚ ਸਥਿਤ ਜੱਦੀ ਘਰ ਮਾਨਸੂਨ ਦੇ ਮੋਲੇ ਧਾਰਮੀ ਨਾਲ ਨੁਕਸਾਨੇ ਗਏ ਖਸਤਾ ਹਾਲ ਇਹਨਾਂ ਮਕਾਨਾਂ ਨੂੰ ਪਾਕਿਸਤਾਨ ਸਰਕਾਰ ਨੇ ਅਪਣਾ ਰੱਖਿਆ ਹੈ ਕੌਮੀ ਵਿਰਾਸਤ ਐਲਾਨ ਦਿੱਤਾ ਹੋਇਆ ਹੈ ਸਰਕਾਰ ਨੇ ਇਹਨਾਂ ਨੂੰ ਅਜਾਇਬ ਘਰ ਚ ਤਬਦੀਲ ਕਰਨ ਦੀ ਸਾਰੀ ਕਾਰਵਾਈ ਵੀ ਮਕਮਲ ਕੀਤੀ ਹੋਈ ਹੈ ਖਬਰ ਨਵੀਂ ਦਿੱਲੀ ਤੋਂ ਆ ਰਹੀ ਹੈ ਸੀਨੀਅਰ ਪੱਤਰਕਾਰਾਂ ਐਨ ਰਾਮ ਅਤੇ ਸ਼ਸ਼ੀ ਕੁਮਾਰ ਵੱਲੋਂ ਪੈਗਾਸਸ ਜਾਸੂਸੀ ਕਾਂਡ ਦੀ ਮੌਜੂਦਾ ਜੱਜਾਂ ਤੋਂ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਵਾਲੀ ਪਟੀਸ਼ਨ ਤੇ ਸੁਪਰੀਮ ਕੋਰਟ ਅਗਲੇ ਹਫਤੇ ਸੁਣਵਾਈ ਕਰੇਗੀ ਖਬਰ ਨਵੀਂ ਦਿੱਲੀ ਤੋਂ ਹਵਾ ਬਾਜ਼ੀ ਰੈਗੂਲੇਟਰ ਡੀਜੀਸੀਏ ਨੇ ਕਰੋਨਾ ਵਾਇਰਸ ਕਾਰਨ ਰੱਦ ਹੋਈਆਂ ਸੂਚੀਬੱਧ ਕਮਰਤੀ ਉਡਾਣਾਂ ਤੇ ਰੋਕ 31 ਅਗਸਤ ਤੱਕ ਵਧਾ ਦਿੱਤੀ ਹੈ ਡਾਇਰੈਕਟਰ ਜਨਰਲ ਦੇ ਨਾਲ ਹੀ ਕਿਹਾ ਹੈ ਕਿ ਸਮੀਖਿਆ ਕਰਕੇ ਕਮਾਂਟਰੀ ਉਡਾਣਾਂ ਨੂੰ 92 ਰੂਟਾਂ ਤੇ ਚੱਲਣ ਦੀ ਜਾਂਚ ਦਿੱਤੀ ਜਾ ਸਕਦੀ ਹੈ ਦੱਸਣਯੋਗ ਹੈ ਕਿ ਨਿਰਧਾਰਤ ਕਮਾਂਟਰੀ ਉਡਾਣਾਂ ਭਾਰਤ ਵਿੱਚ 23 ਮਾਰਚ 2020 ਤੋਂ ਬੰਦ ਪਈਆਂ ਨੇ ਪਰਵੰਦੇ ਭਾਰਤ ਮਿਸ਼ਨ ਤਹਿਤ ਮਈ 2020 ਤੋਂ ਉਡਾਣਾਂ ਚੱਲ ਰਹੀਆਂ ਸਨ ਇਸ ਲਈ ਜੁਲਾਈ 2020 ਤੋਂ ਦਵੱਲੇ 에ਅਰ ਬੱਬਲ ਸਮਝੌਤੇ 24 ਮੁਲਕਾਂ ਨਾਲ ਕੀਤੇ ਗਏ ਸਨ ਇਹਨਾਂ ਵਿੱਚ ਅਮਰੀਕਾ ਯੂਕੇ ਯੂਏਈ ਕੀਨੀਆ ਪਟਾਨ ਤੇ ਫਰਾਂਸ ਸ਼ਾਮਲ ਨੇ DGCA ਨੇ ਕਿਹਾ ਕਿ ਕਮਾਂਤਰੀ ਕਾਰਗੋ ਆਪਰੇਸ਼ਨ ਤੇ ਇਸ ਨਾਲ ਮਨਜ਼ੂਰ ਕੀਤੀਆਂ ਗਈਆਂ ਉਡਾਣਾਂ ਉੱਤੇ ਰੋਕ ਨਹੀਂ ਹੋਵੇਗੀ ਨਿੰਦਰ ਕੁਗਿਆਨ ਵੀ ਤੋਂ ਖਬਰਾਂ ਦਾ ਪਹਿਲਾ ਹਿੱਸਾ ਸੁਣ ਰਹੇ ਸੀ ਦੂਜਾ ਹਿੱਸਾ ਇੱਕ ਵਕਫੇ ਤੋਂ ਬਾਅਦ ਸਕਾਟਲੈਂਡ ਦੀ ਤਰਤੀ ਦੇ ਪੰਜਾਬੀਅਤ ਦੇ ਸ਼ੂਕ ਦੇ ਦਰਿਆ ਵਰਗਾ ਨਾਮ ਪੰਜ ਦੋਸਤੋ ਨਿੰਦਰ ਕੁ ਗਿਆਨ ਵੀ ਪੇਸ਼ ਕਰਦਾ ਹੈ ਖਬਰਾਂ ਦਾ ਦੂਜਾ ਹਿੱਸਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਉਦਮ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੁਨਾਮ ਉਦਮ ਸਿੰਘ ਵਾਲਾ ਵਿਖੇ 2.66 ਕਰੋੜ ਪੈਦੀ ਲਾਗਤ ਨਾਲ ਉਸਾਰੀ ਯਾਦਗਾਰ ਦਾ ਉਦਘਾਟਨ ਕੀਤਾ ਹੈ ਕੈਪਟਨ ਸੁਨਾਮ ਚ ਉੱਚੇ ਤੌਰ ਤੇ ਪੁੱਜੇ ਹੋਏ ਸਨ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੂਬਾ ਪੱਧਰੀ ਸਮਾਰੋਹ ਕੀਤਾ ਗਿਆ ਸੁਨਾਮ ਮਾਨਸਾ ਸੜਕ ਤੇ 4 ਏਕੜ ਜਗ੍ਹਾ ਤਿਆਰ ਹੋਈ ਸ਼ਹੀਦ ਉਦਮ ਸਿੰਘ ਯਾਦਗਾਰ ਚ ਸ਼ਹੀਦ ਦਾ ਤਾਂਬੇ ਦਾ ਬਹੁਤ ਉਹਨਾਂ ਦੀਆਂ ਨਿਸ਼ਾਨੀਆਂ ਸਾਂਭਣ ਤੇ ਪ੍ਰਦਰਸ਼ਨੀ ਲਈ ਅਜਾਇਬ ਘਰ ਕੈਫੇਟਰੀਆ ਤੇ ਹੋਰ ਸਹੂਦਾਵਾਂ ਮੁਹੱਈਆ ਕਰਵਾਈਆਂ ਗਈਆਂ ਨੇ ਇਸ ਤੋਂ ਇਲਾਵਾ ਪੰਜਾਬ ਦੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਅੱਜ ਸੁਨਾਮ ਵਿੱਚ ਪੁੱਜੇ ਜਿੱਥੇ ਉਹਨਾਂ ਨੇ ਸ਼ਹੀਦ ਉਦਮ ਸਿੰਘ ਯਾਦਗਾਰੀ ਸਮਾਰਕ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅੱਜ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਲੁਧਿਆਣਾ ਕੈਬਨਟ ਮੰਤਰੀ ਭਾਰਤ ਪੂਸ਼ਣ ਆਸੂ ਦੇ ਘਰ ਪੁੱਜੇ ਨਵਜੋਤ ਸਿੱਧੂ ਨੇ ਉਹਗੇ ਅਦਾਕਾਰ ਯੋਗਰਾਜ ਦੇ ਘਰ ਵੀ ਫੇਰੀ ਪਾਈ ਹੈ ਨਵੀਂ ਦਿੱਲੀ ਤੋਂ ਖਬਰ ਆਈ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਤੇ ਹੋਰ ਰਾਸ਼ਵਾਬਾ ਮੈਂਬਰ ਹਾਜ਼ਰ ਸਨ ਬੀਬੀ ਹਰਸ਼ਿਮਰਤ ਕੌਰ ਬਾਦਲ ਦੀ ਗਵਾਈ ਥੱਲੇ ਲੋਕ ਸਭਾ ਦੇ ਸਪੀਕਰ ਬਿਰਲਾ ਨੂੰ ਮਿਲਿਆ ਜਿਸ ਵਿੱਚ ਸਪੀਕਰ ਕੋਲੋਂ ਮੰਗ ਕੀਤੀ ਗਈ ਕਿ ਕੇਂਦਰ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵਿਰੁੱਧ ਇਸ ਲਈ ਕਾਰਵਾਈ ਕੀਤੀ ਜਾਵੇ ਕਿਉਂਕਿ ਤੋਮਰ ਨੇ ਪਿਛਲੇ ਦਿਨੀ ਕਿਹਾ ਸੀ ਕਿ ਕਿਸਾਨ ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦਾ ਸਰਕਾਰ ਕੋਲ ਕੋਈ ਰਿਕਾਰਡ ਮੌਜੂਦ ਨਹੀਂ ਹੈ ਫਰੀਦਕੋਟ ਤੋਂ ਖਬਰ ਗੁਰੂ ਗ੍ਰੰਥ ਸਾਹਿਬ ਦੀ ਵਿਅਦਬੀ ਕਾਂਡ 'ਚ ਲੜੀਂਦੇ ਤਿੰਨ ਪ੍ਰਮੁੱਖ ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦੀ ਪੁਲਿਸ ਟੋਕੜੀ ਨੇ ਹਰਿਆਣੇ 'ਚ ਛਾਪੇ ਮਾਰੇ ਆ। ਸੂਤਰਾਂ ਅਨੁਸਾਰ ਵਿਸ਼ੇਸ਼ ਜਾਂਚ ਟੀਮ ਨੇ ਡੇਰੇ ਦੀ ਕੌਮਿਕ ਕਮੇਟੀ ਦੇ ਮੈਂਬਰ ਹਰੀਸ਼ ਧੋਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕਰਨ ਲਈ ਡੇਰੇ ਵੱਲੋਂ ਸਿਰਸ਼ਾ ਸ਼ਹਿਰ 'ਚ ਡੇਰੇ ਦੇ ਆਸ-ਪਾਸ ਵਸਾਈਆਂ ਰੈਸ਼ੀ ਕਲੋਨੀਆਂ 'ਚ ਛਾਪੇ ਮਾਰੇ ਪਰ ਕੋਈ ਵੀ ਮੋਲਜਮ ਐਸਆਈਟੀ ਦੇ ਹੱਥ ਨਹੀਂ ਆ ਸਕਿਆ। ਔਰ ਅੱਜ 100 ਸਾਲਾ 105 ਸਾਲਾ ਦੁੜਾਕ ਬੇਬੇ ਮਾਨ ਕੌਰ ਦਾ ਦਿਹਾਂਤ ਹੋਣ ਦੀ ਖਬਰ ਹੈ ਉਹ ਲੰਮੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਹਸਪਤਾਲ 'ਚ ਦਾਖਲ ਬੇਬੇ ਮਾਨ ਕੌਰ ਲਈ 1 ਲੱਖ ਰੁਪਏ ਦੀ ਮਦਦ ਭੇਜੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਬੇ ਮਾਨ ਕੌਰ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਖਬਰ ਆ ਰਹੀ ਹੈ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਵਿਜੇ ਸੰਪਲਾ ਨੂੰ ਮਿਲਣ ਜਾ ਰਹੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਦੀ ਪੁਲਿਸ ਨੇ ਰਸਤੇ ਵਿੱਚ ਰੋਕ ਲਿਆ ਤੇ ਕਿਹਾ ਗਿਆ ਕਿ ਪੁਲਿਸ ਅਜਿਹਾ ਨਹੀਂ ਹੋਣ ਦੇਵੇਗੀ ਟੋਕੀਓ ਤੋਂ ਖਬਰਾਂ ਆ ਰਹੀਆਂ ਨੇ ਖੇਡ ਸੰਸਾਰ ਨਾਲ ਜੁੜੀਆਂ ਹੋਈਆਂ ਖਬਰਾਂ ਪੰਜਾਬ ਦੀ ਕਮਲਪ੍ਰੀਤ ਕਾਰਡੀਨੇਟ ਡਿਸਕਸ ਥਰੋ ਵਿਚ ਐਂਟਰੀ ਕਰ ਲਈ ਹੈ ਕਮਲਪ੍ਰੀਤ ਮੁਕਸਰ ਦੇ ਪਿੰਡ ਕਬਰਵਾਲਾ ਦੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਮਲਪ੍ਰੀਤ ਕੌਰ ਨੂੰ ਵਧਾਈ ਦਿੱਤੀ ਗਈ ਹੈ ਭਾਰਤੀ ਮੁਕੇ ਬਾਜ ਪੂਜਾ ਰਾਣੀ ਦੀ ਹਾਰ ਹੋਣ ਦੀ ਖਬਰ ਨੇ ਉਦਾਸ ਕੀਤਾ ਹੈ ਉਹ ਕੁਆਟਰਫਾਈਨਲ ਤੋਂ ਬਾਹਰ ਹੋ ਗਈ ਮਹਿਲਾ ਹਾਕੀ 'ਚ ਭਾਰਤ ਨੇ ਅੱਜ ਦੱਖਣੀ ਅਫਰੀਕਾ ਨੂੰ 4-3 ਦੇ ਅੰਤਰ ਨਾਲ ਹਰਾਇਆ 올림픽 'ਚ ਹੈਟ੍ਰਿਕ ਲਗਾਉਣ ਵਾਲੀ ਵੰਦਨਾ ਦੇਸ਼ ਦੀ ਪਹਿਲੀ ਮਹਿਲਾ ਹਾਕੀ ਖਿਡਾਰਨ ਬਣ ਗਈ ਹੈ ਭਾਰਤੀ ਮੁੱਕੇਬਾਜ਼ ਅਮਿਤ ਪੰਗਾਲ ਪ੍ਰੀ ਕੁਆਟਰ 'ਚ ਫਾਈਨਲ ਮੈਚ ਹਾਰਨ ਦੀ ਖਬਰ ਉਹਨਾਂ ਦੀ ਆ ਰਹੀ ਹੈ ਸੈਮੀਫਾਈਨਲ 'ਚ ਭਾਰਤੀ ਸ਼ਟਲਰ ਪੀਵੀ ਸਿੰਧੂ ਵੀ ਹਾਰ ਗਈ ਹੈ ਚੰਡੀਗੜ੍ਹ ਤੋਂ ਖਬਰਾਂ ਨੇ ਖੇਡ ਤੇ ਯੁਵਕ ਸਭਾਵਾਂ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਐਲਾਨ ਕੀਤਾ ਕਿ ਟੋਕੀਓ 올림픽 'ਚ ਭਾਰਤੀ ਹਾਕੀ ਟੀਮ ਵੱਲੋਂ ਸੋਨ ਤਗਮਾ ਜਿੱਤਣ ਤੇ ਪੰਜਾਬ ਨਾਲ ਸੰਬੰਧਿਤ ਹਰ ਖਿਡਾਰੀ ਨੂੰ ਵਿਅਕਤੀਗਤ ਤੌਰ ਤੇ 2.25 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਇੰਨੀ ਰਾਸ਼ੀ ਪੂਰੀ ਟੀਮ ਲਈ ਹੁੰਦੀ ਸੀ। ਯੂਥ ਵਿਕਾਸ ਬੋਰਡ ਦੀ ਮੀਟਿੰਗ ਪ੍ਰੰਤ ਸੋਢੀ ਨੇ ਕਿਹਾ ਪੰਜਾਬ ਨਾਲ ਸੰਬੰਧਿਤ 20 ਹਾਕੀ ਖਿਡਾਰੀਆਂ 'ਚੋਂ 11 ਇਸ ਵਾਰ ਦੇ ਟੋਕੀਓ 올림픽 'ਚ ਭਾਰਤੀ ਹਾਕੀ ਟੀਮ ਲਈ ਬਿਹਤਰੀਨ ਖੇਡ ਦਾ ਮਜ਼ਾਰਾ ਕਰ ਰਹੇ ਨੇ। ਦੋਸਤੋ ਨਿੰਦਰ ਕੁ ਗਿਆਨਵੀ ਤੋਂ ਖਬਰਾਂ ਦਾ ਦੂਜਾ ਹਿੱਸਾ ਸੁਣ ਰਹੀ ਸੀ ਅੱਜ ਦੀਆਂ ਖਬਰਾਂ ਇੱਥੇ ਮੁਕਤੀਆਂ ਦਿਓ ਇਜਾਜ਼ਤ ਆਪਾਂ ਹੁਣ ਮਿਲਾਂਗੇ ਸੋਮਵਾਰ ਤਦ ਤੱਕ ਲਈ ਰੱਬ ਰਾਖਾ ਆਪਣਾ ਧਿਆਨ ਰੱਖਣਾ ਸਤ ਸ਼੍ਰੀ ਅਕਾਲ ਹਿੰਮਤ ਸੱਚ ਲਿਖਣ ਬੋਲਣ ਤੇ ਸੁਣਨ ਦੀ